ਸਾਤ ਸਿਰਿਆ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਹੈ ਜੀ ਹੁਣੇ-ਹੁਣੇ ਇੱਥੇ ਉਡਾਨ ਭਰਦਿਆਂ ਹੀ ਹਵਾਈ ਜਹਾਜ਼ ਹੋ ਗਿਆ ਕ੍ਰੈਸ਼। ਹੋਈਆਂ ਮੌਤਾਂ ਸ਼ਾਇਆ ਸੂਗ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਘਟਨਾ ਦਾ ਤੁਹਾਨੂੰ ਪਤਾ ਲੱਗ ਸਕੇ ਨਾਲ ਹੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜੀ ਹਾਂ ਦੋਸਤੋ ਹੁਣ ਇੱਥੇ ਉਡਾਨ ਭਰਦਿਆਂ ਹੀ ਹਵਾਈ ਜਹਾਜ਼ ਕ੍ਰੈਸ਼ ਹੋ ਗਿਆ ਉੱਥੇ ਹੀ ਵਾਪਰੇ ਇਸ ਹਰਸ਼ਤੇ ਵਿੱਚ ਮੌਤ ਹੋਣ ਦੇ ਕਾਰਨ। ਸੋਗ ਦੀ ਲਹਿਰ ਫੈਲ ਗਿਆ ਪ੍ਰਾਪਤ ਜਾਣਕਾਰ ਦੇ ਅਨੁਸਾਰ ਇਹ ਦੁਖ ਭਰੀ ਖਬਰ ਬੇਸ਼ੁਬ ਤੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਤੋਂ ਸਾਹਮਣੇ ਜਿੱਥੇ ਇੱਕ ਜੈਟ ਜਹਾਜ਼ ਉਡਾਣ ਭਰਦਿਆਂ ਹੀ ਕ੍ਰੈਸ਼ ਹੋ ਗਿਆ ਇਸ ਹਾਦਸੇ ਦੀ ਖਬਰ ਮਿਲਦੇ ਸਾਰੇ ਸਾਰੇ ਪਾਸੇ ਸੋਗ ਦੀ ਲਹਿਰ ਫੈਲ ਗਿਆ ਦੱਸਿਆ ਗਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਜਹਾਜ਼ ਪਲੇਨ ਵਿਲੇ ਦੇ ਰਾਵਰਟਸਨ ਫੀਲਡ 에য়ারਪੋਰਟ ਤੋਂ ਵਾਣਾ ਹੋਇਆ ਤੇ ਉਸ ਸਮੇਂ ਉਡਾਣ ਭਰਨ ਤੋਂ ਬਾਅਦ ਉੱਤਰੀ ਕੈਲੇ ਕੈਰੋਲਿਨਾ ਦੇ ਮੰਟਿਓ ਦੇ ਡੀਅਰ ਕਾਉਂਟੀ ਖੇਤਰ ਹਵਾਈ ਅੱਡੇ ਦੇ ਵੱਲ ਜਾ ਰਹੇ ਤੇ ਉਸ ਸਮੇਂ ਚਾਨਕੀ ਜਹਾਜ਼ ਕ੍ਰੈਸ਼ ਹੋ ਗਿਆ ਐਸਾ ਜਹਾਜ਼ ਦੇ ਕ੍ਰੈਸ਼ ਹੋਣ ਦੇ ਨਾਲ ਇਸ ਵਿੱਚ ਸਵਾਰ 4 ਲੋਕਾਂ ਦੀ ਮੌਤ ਦੀ ਪੁਸ਼ਟੀ ਵੀ ਕੀਤੀ ਗਈ ਹੈ